ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਇਹੋ ਜਿਹੇ 100 ਝੂਠੇ ਪਰਚੇ ਜਿਹੜੇ ਪੈਂਦੇ ਰਹਿੰਦੇ ਹੁੰਦੇ ਆ, ਪਰਚਿਆਂ ਦਾ ਮਸਲਾ ਨਹੀਂ, ਮਸਲਾ ਸਾਡੇ ਦੋ ਨੌਜਵਾਨਾਂ ਦੀ ਗ੍ਰਿਫਤਾਰੀ ਦਾ। ਪਹਿਲੀ ਗੱਲ ਤਾਂ ਕਿਸੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਪਰਚਾ ਦਰਜ ਕਰ ਦੇਣਾ, ਇਹ ਸਭ ਤੋਂ ਵੱਡੀ ਘਟੀਆ ਗੱਲ ਹੈ ਪ੍ਰਸ਼ਾਸਨ ਵਾਸਤੇ। ਕੋਈ ਵੀ ਬੰਦਾ ਸਾਡੇ 100 ਦੁਸ਼ਮਣ ਨੇ ਕੁੱਟ ਕੇ ਇਲਜ਼ਾਮ ਲਾ ਦੇਵੇ ਵੀ ਸਾਨੂੰ ਕਿਸੇ ਨੇ ਕੁੱਟਿਆ ਮਾਰਿਆ, ਤੇ ਮੇਰਾ ਨਾਂ ਲਾ ਦੇਵੇ ਤੇ ਉਸ ਆਧਾਰ ਤੇ ਪਰਚਾ ਦਰਜ ਕਰ ਦੇਣਾ, ਇਹ ਸਭ ਤੋਂ ਹੀ ਮਾੜੀ ਗੱਲ ਹੈ। ਉਹਦੇ ਕਹਿਣ ਨਾਲ ਤਾਂ ਬਹੁਤ, ਉਹ ਤਾਂ ਕਹਿ ਸਕਦਾ ਮੈਨੂੰ ਭਗਵੰਤ ਮਾਨ ਨੇ ਕੁੱਟਿਆ, ਭਗਵੰਤ ਮਾਨ ਦੇ ਪਰਚੇ ਦਰਜ ਹੋ ਜੂਗਾ। ਜਿਹੜਾ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ, ਹੁਣ ਇਹ ਕਹੀ ਜਾ ਰਹੇ ਵੀ ਅਸੀਂ ਕੀਤਾ ਨਹੀਂ, ਹੁਣ ਤੁਸੀਂ ਦੱਸੋ ਵੀ ਜੇ ਨੌਜਵਾਨਾਂ ਨੂੰ ਇਹ ਨਹੀਂ ਗ੍ਰਿਫਤਾਰ ਕਰਕੇ ਲੈ ਗਿਆ, ਉਹ ਪਾਕਿਸਤਾਨ ਦੀ ਏਜੰਸੀ ਲੈ ਗਈ ਗ੍ਰਿਫਤਾਰ ਕਰਕੇ, ਘਰ 'ਚ ਉਹਨਾਂ ਨੂੰ ਚੁੱਕਿਆ ਸਵੇਰੇ, ਚੌਂਕਾ ਕਿ ਉਹਨਾਂ ਨੂੰ ਕਿਹੜੇ ਥਾਣੇ ਖੜਿਆ ਕਿਹੜੇ ਨਹੀਂ, ਅਜੇ ਤੱਕ ਇਹ ਖਬਰ ਨਹੀਂ ਸਾਨੂੰ ਮਿਲੀ, ਤੇ ਫਿਰ ਚੁੱਕਿਆ ਕਿੰਨੇ ਆ ਸਿੰਘ? ਫਿਰ ਤੇ ਬੜੇ ਵੱਡੇ ਪੱਧਰ ਦਾ ਮਸਲਾ ਹੈ ਵੀ ਜੇ ਪੁਲਿਸ ਨੇ ਗ੍ਰਿਫਤਾਰੀ ਨਹੀਂ ਕੀਤੀ ਤੇ ਪਾਕਿਸਤਾਨ ਦੀ ਜਾਂ ਕਿਸੇ ਹੋਰ ਰੂਸ ਦੀ ਚੀਨ ਦੀ ਏਜੰਸੀ ਆ ਕੇ ਪੰਜਾਬ 'ਚ ਗ੍ਰਿਫਤਾਰੀਆਂ ਕਰ ਰਹੀ ਹੈ ਜਾਂ ਦਿੱਲੀ ਦੀ ਏਜੰਸੀ ਕਰ ਰਹੀ ਹੈ ਗ੍ਰਿਫਤਾਰੀਆਂ, ਇਹ ਤਾਂ ਬਹੁਤ ਵੱਡਾ ਗੰਭੀਰ ਮਸਲਾ ਹੈ। ਜੇ ਪੁਲਿਸ ਇਸ ਗੱਲ ਨੂੰ ਡਿਨਾਈ ਕਰ ਰਹੀ ਹੈ ਤਾਂ ਸਾਨੂੰ ਹੋਰ ਚਿੰਤਾ ਹੈ ਵੀ ਸਾਡੇ ਕਿਸੇ ਨੌਜਵਾਨ ਦਾ ਮੁਕਾਬਲਾ ਬਣਾ ਕੇ ਕਹਿ ਦੇਣ ਵੀ ਸਾਨੂੰ ਤਾਂ ਪਤਾ ਹੀ ਨਹੀਂਗਾ ਜੋ 84 'ਚ ਹੁੰਦਾ ਰਿਹਾ। ਇਹ ਤਾਂ ਬਹੁਤ ਵੱਡਾ ਗੰਭੀਰ ਮਸਲਾ ਹੈ, ਇਹਦੇ 'ਤੇ ਤਾਂ ਹੀ ਅਸੀਂ ਫੌਰੀ ਐਕਸ਼ਨ ਲੈ ਰਹੇ ਹਾਂ। ਨੌਜਵਾਨ ਦਾ ਨਾਂ ਲਵਪ੍ਰੀਤ ਸਿੰਘ ਹੈ, ਦੂਜੇ ਦਾ ਨਾਂ ਸੰਧੂ ਹੈ, ਨੌਜਵਾਨ ਦੋ ਨੌਜਵਾਨ ਨੇ ਤੇ ਦੋਨੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਟਾਲੀ ਨੇੜੇ ਪਿੰਡ ਹੈ। ਸੋ ਉਹਨਾਂ ਨੂੰ ਉੱਥੋਂ ਗ੍ਰਿਫਤਾਰ ਕਰਕੇ ਜਿਹੜਾ ਖੜਿਆ ਗਿਆ, ਹੁਣ ਕਿੱਥੇ ਖੜਿਆ ਕਿੱਥੇ ਨਹੀਂ ਖੜਿਆ ਤੇ ਪ੍ਰਸ਼ਾਸਨ ਜਾਣਦਾ, ਪਰ ਅਸੀਂ ਇਹ ਗੱਲ ਦੀ ਚੇਤਾਵਨੀ ਦਿੰਦੇ ਜੇ ਨੌਜਵਾਨਾਂ ਨੂੰ ਸਾਡੇ ਨੂੰ ਝੇਟ ਵੀ ਆਈ ਤੇ ਇਸ ਗੱਲ ਦਾ ਫਿਰ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ। ਉਹਦੇ ਤੋਂ ਬਾਅਦ ਕੀ ਹੋਊ ਕੀ ਨਹੀਂ ਹੋਊ ਉਹਦਾ ਦੋਸ਼ ਅਸੀਂ ਨਹੀਂ ਲੈਣਾ ਆਪਣੇ ਸਿਰ ਦੇ ਉੱਤੇ, ਉਹਦਾ ਦੋਸ਼ ਸਰਕਾਰਾਂ ਦੇ ਸਿਰ 'ਤੇ ਆਊਗਾ, ਕਿਉਂਕਿ ਜੇ ਇਹਨਾਂ ਨੇ ਬਿਨਤੇ ਬੁੱਚੜ ਦਾ ਰਾਹ ਫੜਨਾ ਹੈ ਤੇ ਫਿਰ ਬਹੁਤ ਸਾਨੂੰ ਵੀ ਰਾਹ ਫੜਨੇ ਆਉਂਦੇ ਆ। 25-30 ਅਣਪਛਾਤੇ ਬੰਦੇ ਲਿਖਦੇ ਨੇ ਝੂਠ ਦੀ ਇੰਤਹਾ ਆ ਵੀ ਉਹ ਕਹਿੰਦਾ ਮੈਨੂੰ 3 ਘੰਟੇ 30-35 ਬੰਦਿਆਂ ਨੇ ਕੁੱਟਿਆ। ਤੁਸੀਂ ਮੈਨੂੰ ਦੱਸੋ, 3 ਘੰਟੇ ਕਿਸੇ 30-35 ਬੰਦਿਆਂ ਨੂੰ ਕੁੱਟਿਆ ਹੋਵੇ ਤੇ ਬੰਦਾ ਆਪ ਉੱਠ ਕੇ ਤੁਰ ਕੇ ਬੱਸ 'ਚ ਜਾ ਕੇ ਤੇ ਫਿਰ ਜਾ ਕੇ ਹਸਪਤਾਲ ਦਾਖਲ ਹੋ ਕੇ ਬਿਆਨ ਦੇਣ ਤੋਂ ਕਰੀਂਦਾ? ਕੋਈ ਸਾਡੇ ਕੋਲ ਨਹੀਂ ਆਇਆ, ਨਾ ਸਾਡੇ ਕੋਲ ਪਿੰਡ 'ਚ ਆਇਆ ਛਾਪੇਮਾਰੀ ਕਰਨ। ਅਸੀਂ ਕੱਲ ਪਬਲਿਕ ਪ੍ਰੋਗਰਾਮ ਪਟਿਆਲੇ ਦੇ ਵਿੱਚ ਸੀ ਤੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਸਾਨੂੰ ਉੱਥੇ ਵੀ ਛਾਪੇਮਾਰੀ ਤੇ ਉੱਥੇ ਹੋਵੇ ਜਿੱਥੇ ਕੋਈ ਲੁਕਿਆ ਹੋਵੇ ਬੰਦਾ, ਇਹ ਤੇ ਸ਼ਰੇਆਮ ਬੈਠੇ ਹਾਂ ਛਾਪੇਮਾਰੀ ਜਿਹਨੇ ਆਉਣਾ ਹੀ ਆ ਜਾਂਦਾ। ਜਿਹੜੀਆਂ ਧਿਰਾਂ ਨੂੰ ਲੱਗਦਾ ਵੀ ਸਾਡੀ ਆਉਣ ਵਾਲੀ ਦੁਕਾਨਦਾਰੀ ਬੰਦ ਹੋ ਗਈ ਹੈ, ਜਿਨ੍ਹਾਂ ਨੇ ਕੌਮ ਨੂੰ ਝੂਠ ਬੋਲਿਆ, 20-25 ਸਾਲ ਝੂਠੇ ਵਾਅਦੇ ਕੀਤੇ ਨੇ ਕੌਮ ਦੇ ਨਾਲ, ਜਿਨ੍ਹਾਂ ਨੇ ਵੱਡੇ ਵੱਡੇ ਸੰਘਰਸ਼ ਜਿਹੜੇ ਉਹ ਵੇਚੇ ਨੇ, ਔਰ ਜਿਨ੍ਹਾਂ ਨੇ ਆਪ ਮਤਲਬ ਉਹਨਾਂ ਦੀ ਵੀਡੀਓ ਮੌਜੂਦ ਨੇ ਲੋਕਾਂ ਨੂੰ ਕੁੱਟਮਾਰ ਕਰਦਿਆਂ ਦੀਆਂ, ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਸਾਡੇ 'ਤੇ ਦਬਾਅ ਪਾਉਣ ਦੀ ਵੀ ਅਸੀਂ ਲੱਥ ਲੈ ਨੰਗੇ, ਪਰ ਅਸੀਂ ਉਹ ਦਿਨ ਪੈਦਾ ਨਹੀਂ ਹੋਏ ਕਿ ਅਸੀਂ ਲੱਥ ਲੈ ਨੰਗੇ ਵੇਖੀਏ।